ਕਹਿੰਦਾ ਜੀ ਕਿ ਲੰਬੜਾ ਦੀ ਮਾਈ ਸੀ ਬਿਮਾਰ, ਮੈਨੂੰ ਸੱਦਿਆ ਅਤੇ ਬਸਤਾ ਦਵਾਈਆਂ ਵਾਲਾ ਮੁੰਡੇ 'ਤੇ ਮੈਂ ਲੱਦਿਆ ਅਤੇ ਵੇਖੀ ਉਹਦੀ ਨਬਜ਼ 'ਤੇ ਸਾਹਾਂ ਵਿੱਚ ਚੱਲ ਸੀ, ਹਲਕਾ ਬੁਖਾਰ ਸੀ ਅਤੇ ਬਾਕੀ ਮਾਈ ਵੱਲ ਸੀ। ਮਾਈ ਦਿਆਂ ਮੁੰਡਿਆਂ ਨੂੰ ਸੱਦਿਆ ਮੈਂ ਕੋਲ ਕੋਲ, ਮਾਈ ਵਿੱਚੋਂ ਦੱਸੀਆਂ ਬਿਮਾਰੀਆਂ ਵੀ ਫੋਲ ਫੋਲ, ਇੱਕੋ ਪੁੜੀ ਦਿੱਤੀ ਆ ਮੈਂ ਵਧੀਆ ਦਵਾਈ ਦੀ, ਸਿਹਤ ਭਲਾ ਠੀਕ ਕਿੱਦਾਂ ਹੋਊਗੀ ਨਾ ਮਾਈ ਦੀ। ਦੂਜੇ ਦਿਨ ਗਿਆ ਮੈਂ ਦਵਾਈ ਦੇਣ ਮਾਈ ਨੂੰ ਤਾਂ ਟਾਲ ਕੜਾ ਸਕਦਾ ਹੈ ਰੱਬ ਵੱਲੋਂ ਆਈ ਨੂੰ, ਰੱਬ ਦਾ ਇਹ ਕਰਨਾ ਕਿ ਮਾਈ ਮਰ ਗਈ ਸੀ ਮੇਰੇ ਲਈ ਵੀ ਮੌਤ ਦਾ ਸਮਾਨ ਕਰ ਗਈ ਸੀ, ਰੱਬ ਦਾ ਇਹ ਕਰਨਾ ਕਿ ਮਾਈ ਮਰ ਗਈ ਸੀ ਮੇਰੇ ਲਈ ਵੀ ਮੌਤ ਦਾ ਸਮਾਨ ਕਰ ਗਈ ਸੀ। ਅਤੇ ਮਾਈ ਦੀਆਂ ਮੁੰਡਿਆਂ ਨੇ ਮੈਨੂੰ ਹੀ ਵਿਛਾ ਲਿਆ ਮਾਈ ਲਈ, ਜੋ ਮੰਜਾਂ ਦਾ ਉਹਦੇ ਉੱਤੇ ਪਾ ਲਿਆ, ਰਲ ਮਿਲ ਫੈਂਟੀ ਲਾਈ ਮੈਨੂੰ ਉਹਨੇ ਸਭਣਾ, ਕਹਿਣ ਲੱਗੇ ਮਾਈ ਦੇ ਹੀ ਨਾਲ ਤੈਨੂੰ ਦੱਬਣਾ। ਉਹ ਇੱਕ ਜਣਾ ਗਾਣਾ ਮੇਰਾ ਵੇਚ ਕੇ ਵੀ ਲੈ ਗਿਆ, ਹਕੂਆ ਸਾ ਬਣ ਕੇ ਮੈਂ ਸੋਚਾਂ ਵਿੱਚ ਪੈ ਗਿਆ। ਉਹ ਆਲਮੇ ਰਵਾਹ ਵਿੱਚ ਸਿਰ 'ਚ ਸਵਾਹ ਪਊ, ਕਬਰ 'ਚ ਮਾਈ ਨਾਲ ਕਰਨਾ ਨਕਾ ਪਊ। ਤੌਬਾ 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 ਤੌਬਾ, ਬਾਬਾ ਇੱਕ ਬੋਲਿਆ, ਬਾਬਾ ਇੱਕ ਬੋਲਿਆ, ਹੋਸ਼ ਕਰੋ ਲੰਬੜੋ, ਇਕੱਲੀ ਦਫਨਾਓ ਮਾਈ, ਮਾਂ ਤੁਹਾਡੀ ਕੰਜਰੋ, ਉਹ ਲੀੜੇ ਮੇਰੇ ਪਾੜ ਦਿੱਤੇ, ਕੱਛਾ ਕੱਲਾ ਰਹਿ ਗਿਆ, ਕੱਛੇ ਨੂੰ ਵੀ ਕੁੰਜ ਕੇ ਮੈਂ ਪੁੰਡ ਪੌੜੀ ਉੱਤੇ ਬਹਿ ਗਿਆ। ਅਤੇ ਮਿੰਟਾਂ ਦੇ ਵਿੱਚ ਹੋਈ ਪਿੰਡ ਵਿੱਚ ਹਾਏ ਹਾਏ, ਮਾਈ ਦੇ ਜਨਾਜ਼ੇ ਨਾਲ ਮੈਨੂੰ ਬਹੁਤੇ ਵੇਖਣ ਆਏ, ਤਰਲੇ ਮੈਂ ਪਾਈ ਜਾਵਾਂ, ਹੱਥ ਪੈਰ ਬੰਨ ਕੇ ਲੋਕਾਂ ਨੇ ਛੁਡਾਇਆ ਮੈਨੂੰ ਆਪ ਵਿੱਚ ਵੜ ਕੇ, ਉਹ ਮਿੰਨਤਾਂ ਮੈਂ ਕੀਤੀਆਂ, ਵਸ ਹੁੰਦਾ ਰੱਬ ਦੇ ਸਾਹ ਕਦੋਂ ਵੱਧਦੇ ਦਵਾਈ ਨਾਲ ਸਭ 'ਤੇ। ਉਹ ਦਿੱਤੀ ਜਿਹੜੀ ਮਾਈ ਨੂੰ ਦਵਾਈ ਬੜੀ ਖਰੀ ਸੀ, ਉਹ ਕਹਿੰਦਾ ਮੇਰੀ ਮਾਂ ਵੀ ਖੰਜਰੋ ਇਸ ਦਵਾਈ ਨਾਲ ਹੀ ਮਰੀ ਸੀ।